ਆਪਾਂ ਸਾਰਿਆਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਭੇਜ ਰਹੇ ਹਾਂ ਕਿ ਆਪਣੇ ਮਾਪਿਆਂ ਨੂੰ ਜਾ ਕੇ ਜਿਹੜਾ ਉਹ ਜਾਗਰਤ ਕਰਨ ਕੇ ਪੁਰਾਣੀ ਸਾਹਿਬ ਦੀ ਜਿਹੜਾ ਉਹ ਸਾਡੇ ਲਈ ਵੀ ਠੀਕ ਨਹੀਂ, ਸਾਡੇ ਆਂਢ ਗੁਆਂਢ ਲਈ ਠੀਕ ਨਹੀਂ, ਸਾਡੇ ਪਿੰਡ ਲਈ ਠੀਕ ਨਹੀਂ, ਸਾਡੇ ਸ਼ਹਿਰ ਲਈ ਠੀਕ ਨਹੀਂ। ਪੰਜਾਬ ਦਾ ਨੁਕਸਾਨ ਜਿਹੜਾ ਦਿੱਲੀ ਤੇ ਕਿਲੋ ਜਾਂਦਾ ਉਹਦੇ ਟਾਈਮ ਲੱਗਦਾ, ਦੋ ਤਿੰਨ ਦਿਨ ਲੱਗਦੇ ਆ, ਪਰ ਪੰਜਾਬ ਦੇ ਜਿੱਥੋਂ ਜਿੱਥੇ ਬੰਦਾ ਪਰਾਲੀ ਨੂੰ ਅੱਗ ਲਾਉਂਦਾ ਜੀ, ਪਹਿਲਾਂ ਉਹਦੇ ਆਪਣੇ ਆਪ ਨੂੰ ਪੈਂਦੀ, ਉਹਦੇ ਫੇਫੜਿਆਂ 'ਚ ਜਾਂਦੀ, ਉਹਦੇ ਬੱਚਿਆਂ ਦੇ ਜੇ ਲਾਗੇ ਆ ਗਏ, ਉਹਦੇ ਪਿੰਡ ਦੇ ਜਾਂਦੀ, ਉਹਦੇ ਮੁਹੱਲੇ ਦੇ ਜਾਂਦੀ। ਸੋ ਦਿੱਲੀ ਦਾ ਸਵਾਲ ਤਾਂ ਬਾਅਦ 'ਚ ਆਉਂਦਾ ਜੇ ਉੱਡ ਕੇ ਚਲੇ ਜਾਂਦੀ ਉੱਥੇ, ਪਹਿਲਾਂ ਤਾਂ ਸਾਡੇ ਲਈ ਇੰਨੀ ਖਤਰਨਾਕ ਹੈ ਮੈਂ ਗੱਲ ਨਹੀਂ ਕਰਦਾ। ਨਹੀਂ ਅੱਜ ਅਸੀਂ ਆਪਣੀ ਲੁਧਿਆਣਾ ਯੂਨੀਵਰਸਿਟੀ ਸਾਡੇ ਵਾਈਸ ਚਾਂਸਲਰ ਗੋਸਲ ਸਾਹਿਬ ਜੀ ਦੀ ਅਗਵਾਈ ਦੇ ਹੇਠ ਇੱਕ ਜਾਗਰਤੀ ਮੁਹਿੰਮ ਜਿਹੜੀ ਉਹ ਸ਼ੁਰੂ ਕਰ ਰਹੇ, ਜਿਹਦੇ ਤਹਿਤ ਅਸੀਂ ਸਾਡੇ ਸਟੂਡੈਂਟ ਜਿਹੜੇ ਆ ਉਹ ਲੋਕਾਂ ਨੂੰ ਖਾਸ ਤੌਰ 'ਤੇ ਕਿਸਾਨਾਂ ਨੂੰ ਜਿਹੜਾ ਜਾਗਰਤ ਕਰਨਗੇ ਕਿ ਪਰਾਲੀ ਸਾੜਨੀ ਜਿਹੜੀ ਇਹ ਬਹੁਤ ਇੱਕ ਵੱਡਾ ਗੁਨਾਹ ਆ, ਪੰਜਾਬ ਦੇ ਹਵਾ ਪਾਣੀ ਨੂੰ ਬਚਾਉਣਾ ਉਹ ਸਾਡੀ ਡਿਊਟੀ ਹੈ, ਸਰਕਾਰ ਇਸ ਕੰਮ ਲਈ ਲੱਗੀ ਹੈ। ਅਸੀਂ ਸਾਰੀਆਂ ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਸਾਰੀਆਂ ਯੂਨੀਵਰਸਿਟੀ ਦੇ ਆਪਣੇ ਸਟੂਡੈਂਟਾਂ ਨੂੰ, ਕਾਲਜਾਂ ਦੇ ਸਟੂਡੈਂਟਾਂ ਨੂੰ ਅਤੇ ਸਕੂਲਾਂ ਦੇ ਸਟੂਡੈਂਟਾਂ ਨੂੰ ਆਪਾਂ ਸਾਰਿਆਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਭੇਜ ਰਹੇ ਹਾਂ ਕਿ ਆਪਣੇ ਮਾਪਿਆਂ ਨੂੰ ਜਾ ਕੇ ਜਿਹੜਾ ਉਹ ਜਾਗਰਤ ਕਰਨ ਕੇ ਪਰਾਲੀ ਸਾੜਨੀ ਜਿਹੜਾ ਉਹ ਸਾਡੇ ਲਈ ਵੀ ਠੀਕ ਨਹੀਂ, ਸਾਡੇ ਆਂਢ ਗੁਆਂਢ ਲਈ ਠੀਕ ਨਹੀਂ, ਸਾਡੇ ਪਿੰਡ ਲਈ ਠੀਕ ਨਹੀਂ, ਸਾਡੇ ਸ਼ਹਿਰ ਲਈ ਠੀਕ ਨਹੀਂ, ਸਾਡੇ ਸੂਬੇ ਲਈ ਠੀਕ ਨਹੀਂ ਔਰ ਸਾਡੇ ਗੁਆਂਢੀ ਸੂਬਿਆਂ ਲਈ ਠੀਕ ਨਹੀਂ। ਉਹਦੇ ਵਾਸਤੇ ਅੱਜ ਅਸੀਂ ਕੰਪੇਨ ਜਿਹੜੀ ਇੱਥੋਂ ਸ਼ੁਰੂ ਕਰ ਨਹੀਂ ਨਹੀਂ ਦੇਖੋ ਦਿੱਲੀ ਕੀ ਪ੍ਰੋਬਲਮ ਹੈ, ਹਰਿਆਣੇ ਕੀ ਪ੍ਰੋਬਲਮ ਹੈ, ਹਰ ਸਟੇਟ ਕੀ ਪ੍ਰੋਬਲਮ ਹੈ, ਬਟ ਹਮਨੇ ਕੋਸ਼ਿਸ਼ ਕਰਨੀ ਆ ਕਿ ਹਮਾਰੀ ਕੋਸ਼ਿਸ਼ ਇਹ ਹੈ ਕਿ ਜਦ ਘੱਟ ਜਾਏ ਜਿੰਨਾ ਘੱਟਦਾ, ਮਤਲਬ ਅਸੀਂ ਇਹ ਕੋਸ਼ਿਸ਼ 'ਤੇ ਹਾਂ। ਸਵਾਲ ਦਿੱਲੀ ਦਾ ਨਹੀਂ, ਸਵਾਲ ਤਾਂ ਪੰਜਾਬ ਦਾ, ਪੰਜਾਬ ਦਾ ਕਿੰਨਾ ਨੁਕਸਾਨ ਉਹਦਾ, ਪੰਜਾਬ ਦਾ ਨੁਕਸਾਨ ਜਿਹੜਾ ਦਿੱਲੀ ਤੇ ਕਿਲੋ ਜਾਂਦਾ ਉਹਦੇ ਟਾਈਮ ਲੱਗਦਾ, ਦੋ ਤਿੰਨ ਦਿਨ ਲੱਗਦੇ ਆ, ਪਰ ਪੰਜਾਬ ਦੇ ਜਿੱਥੋਂ ਜਿੱਥੇ ਬੰਦਾ ਪਰਾਲੀ ਨੂੰ ਅੱਗ ਲਾਉਂਦਾ ਜੀ, ਪਹਿਲਾਂ ਉਹਦੇ ਆਪਣੇ ਆਪ ਨੂੰ ਪੈਂਦਾ, ਉਹਦੇ ਫੇਫੜਿਆਂ 'ਚ ਜਾਂਦੀ ਹੈ, ਉਹਦੇ ਬੱਚਿਆਂ ਦੇ ਜੇ ਲਾਗੇ ਆ ਗਏ, ਉਹਦੇ ਪਿੰਡ ਦੇ ਜਾਂਦੀ, ਉਹਦੀ ਮੁਹੱਲੇ ਦੇ ਜਾਂਦੀ ਹੈ। ਸੋ ਦਿੱਲੀ ਦਾ ਸਵਾਲ ਤਾਂ ਬਾਅਦ 'ਚ ਆਉਂਦਾ ਜੇ ਉੱਡ ਕੇ ਚੱਲ ਜਾਂਦੀ ਉੱਥੇ, ਪਹਿਲਾਂ ਤਾਂ ਸਾਡੇ ਲਈ ਇੰਨੀ ਖਤਰਨਾਕ ਹੈ ਵੀ ਉਹ ਗੱਲ ਨਹੀਂ ਕਰਨ ਵਾਲੀ। ਇਸ ਕਰਕੇ ਅਸੀਂ ਆਪਣੇ ਬਚਾਅ ਲਈ, ਪੰਜਾਬ ਨੂੰ ਸਾਫ਼ ਸੁਥਰਾ ਰੱਖਣ ਲਈ, ਪੰਜਾਬ ਦੇ ਹਵਾ ਪਾਣੀ ਨੂੰ ਬਚਾਉਣ ਵਾਸਤੇ ਪਰਾਲੇ ਜਿਹੜੇ ਉਹ ਕਰਦੇ। ਕੋਈ ਗੱਲ ਉਹ ਬਾਅਦ 'ਚ ਕਰਦੇ, ਆਪਾਂ ਫੰਕਸ਼ਨ ਦੀ ਗੱਲ ਕਰੀਏ। ਇੱਦਾਂ ਦੇ ਨੋਟਿਸ, ਇੱਦਾਂ ਦੀਆਂ ਕਈ ਚੀਜ਼ਾਂ, ਦੇਖੋ ਉਹ ਤਾਂ ਪਾਰਟੀ ਦਾ ਕੰਮ ਹੈ ਸਰ, ਪਾਰਟੀ ਦਾ ਕੰਮ ਹੈ, ਪਾਰਟੀ ਦੇਖੋ। ਨਹੀਂ ਜੀ ਕੀ ਸਟੈਂਡ ਕੀ ਹੈ, ਰਣਜੀਤ ਬਿੱਟੂ ਦਾ ਜ਼ਿਆਦਾ ਸਟੈਂਡ ਹੈ ਸਾਡੇ ਨਾਲੋਂ, ਪਹਿਲਾਂ ਉਹ ਕਲੀਅਰ ਕਰੇ। ਨਾ ਨਾ ਪਹਿਲਾਂ ਉਹ ਕਲੀਅਰ ਕਰੇ, ਪਹਿਲਾਂ ਉਹ ਕਦੇ ਕਾਂਗਰਸ ਕਲੀਅਰ ਕਰੇ, ਪਹਿਲਾਂ ਸਾਡਾ ਬਿਲਕੁਲ ਪੰਜਾਬ ਦੇ ਨਾਲ ਖੜੇ ਆ। ਭਾਖੜਾ ਡੈਮ ਬਿਆਸ ਸਾਡਾ, ਸਾਡੇ ਨਾਲ ਸਾਡਾ ਬੰਦਾ ਉੱਥੇ ਚਾਹੀਦਾ, ਸਾਡਾ ਅਧਿਕਾਰੀ ਚਾਹੀਦਾ, ਬਿਲਕੁਲ ਅਸੀਂ ਇਸ ਗੱਲ 'ਤੇ ਸਟੈਂਡ 'ਤੇ ਖੜੇ ਹਾਂ। ਇਹ ਤਾਂ ਬਿੱਟੂ ਹੋਣੀ ਦੱਸਣ ਜੀ, ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਸੈਂਟਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ, ਅਸੀਂ ਤਾਂ ਖੜੇ ਹਾਂ। ਅਸੀਂ ਤਾਂ ਪਿਛਲੀ ਸੁਣੋ ਸਰ, ਪਿਛਲੀ ਵਿਧਾਨ ਸਭਾ 'ਚ ਅਸੀਂ ਮਤਾ ਪਾਇਆ, ਪਿਛਲੀ ਵਿਧਾਨ ਸਭਾ 'ਚ ਅਸੀਂ ਮਤਾ ਪਾਇਆ, ਅਸੀਂ ਤਾਂ ਖੜੇ ਹਾਂ ਜੀ ਆਪਣੀ ਗੱਲ 'ਤੇ ਬਿਲਕੁਲ। ਕੌਣ ਜੀ ਉਹ ਵਿਹਲੇ ਆ ਜੀ, ਵਿਹਲੇ ਸਵਾਲ ਖੜੇ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ, ਕੰਮ ਹੈਗਾ ਕੋਈ, ਵਿਹਲੇ ਆ, ਵਿਹਲੇ ਕਰਦੇ ਪੰਜਾਬ ਦੇ ਲੋਕਾਂ ਦੇ। ਹੁਣ ਕੀ ਸਟੈਂਡ ਲੱਗਦਾ ਤੁਹਾਨੂੰ? ਬਿਲਕੁਲ ਕੀ ਸਟੈਂਡ ਦੱਸੋ, ਕਾਹਦਾ ਸਟੈਂਡ ਤੁਹਾਨੂੰ ਕੀ ਲੱਗਦਾ? ਕਿਹਦਾ ਜੀ? ਰਵਨੀਤ ਬਿੱਟੂ ਦਾ ਕੀ ਸਟੈਂਡ ਹੈ ਉਹਦਾ, ਤੁਸੀਂ ਦੱਸੋ ਨਾ, ਤੁਸੀਂ ਕੀ ਸਟੈਂਡ ਹੈ? ਉਹਨੂੰ ਇੱਥੇ ਭੇਜਣ ਦੀ ਬਜਾਏ ਜਾਂ ਰਾਜਸਥਾਨ ਜਾ, ਉੱਥੇ ਕੋਈ ਕਾਂਗਰਸ ਤੋਂ ਬਚਾਓ, ਜਾ ਕੇ ਕੰਮ ਨਿਬੜ ਗਿਆ ਤੁਹਾਡਾ ਸਾਰੇ ਦੇਸ਼ ਦੇ ਵਿੱਚੋਂ। ਉਹ ਬੀਜੇਪੀ ਦੇ ਨਾਲ ਰਲ ਚੁੱਕੀ ਆ ਕਾਂਗਰਸ, ਤੁਹਾਨੂੰ ਪਤਾ ਨਾ ਇਸ ਗੱਲ ਦਾ। ਜਿੱਥੇ ਇਲੈਕਸ਼ਨ ਹੋ ਰਹੀ ਹੈ ਗੁਜਰਾਤ ਅਤੇ ਹਿਮਾਚਲ ਦੇ ਵਿੱਚ, ਉੱਥੇ ਦੇ ਸ਼੍ਰੀਮਾਨ ਰਾਹੁਲ ਗਾਂਧੀ ਜੀ ਪੈਰ ਨਹੀਂ ਪਾ ਰਹੇ ਜਿੱਥੇ ਮੋਦੀ ਨਾਲ ਪੰਗਾ ਪੈਣਾ। ਉਹ ਬਾਹਰ ਬਾਹਰ ਤੁਰਿਆ ਫਿਰਦਾ, ਪਤਾ ਨਹੀਂ ਕਿਹੜਾ ਭਾਰਤ ਜੋੜੋ ਵੇਖੀ ਜਾਂਦਾ। ਜਿੱਥੇ ਪੰਗਾ ਮੋਦੀ ਨਾਲ ਚੈਲੰਜ ਆ, ਜਿੱਥੇ ਉੱਥੇ ਅਰਵਿੰਦ ਕੇਜਰੀਵਾਲ ਲੜਾਈ ਲੜ ਰਿਹਾ, ਉੱਥੇ ਜਾ ਰਹੇ ਸਾਡੇ ਬੰਦੇ ਸਾਰੇ ਜਾ ਰਹੇ। ਇਸ ਕਰਕੇ ਬਿੱਟੂ ਹੋਣੀ ਵਿਹਲੇ ਆ, ਮੇਰੀ ਉਹਨਾਂ ਨੂੰ ਸਲਾਹ ਕਿ ਜਾ ਕੇ ਰਾਜਸਥਾਨ 'ਚ ਆਪਣੀ ਪਾਰਟੀ ਨੂੰ ਬਚਾਉਣ।